ਹੈਲੋ ਡੀਅਰ, ਅਸਲਾਮ ਅਲੈਕੁਮ। ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਬਣਾਵਾਂਗੇ ਹਾਂਡੀ ਪਨੀਰ, ਜਿਹੜਾ ਕਿ ਬਹੁਤ ਹੀ ਮਜ਼ੇਦਾਰ ਬਣਦਾ ਹੈ। ਆਓ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੜਾਹੀ ਲਈ ਹੈ, ਉਹਦੇ ਵਿੱਚ ਪਾਇਆ ਤੇਲ, ਅਤੇ ਉਹਦੇ ਵਿੱਚ ਪਾਇਆ ਹੈ ਛੋਟਾ ਦਾਲਚੀਨੀ ਦਾ ਟੁਕੜਾ, ਕਾਲੀ ਇਲਾਇਚੀ, ਛੋਟੀ ਇਲਾਇਚੀ ਅਤੇ ਪਿਆਜ਼। ਇਹਨੂੰ ਆਪਾਂ ਗੋਲਡਨ ਜਿਹੜਾ ਬਰਾਊਨ ਹੋਣ ਤੱਕ ਜੋ ਭੁੰਨਾਂਗੇ, ਫਰਾਈ ਕਰਾਂਗੇ। ਹੁਣ ਇਹਦੇ ਵਿੱਚ ਪਾਏ ਨੇ ਆਪਾਂ ਨੇ ਕਾਜੂ, ਇਹਨੂੰ ਇੱਕ ਮਿੰਟ ਲਈ ਆਪਾਂ ਫਰਾਈ ਕਰਾਂਗੇ। ਦੇਖ ਸਕਦੇ ਹੋ ਪਿਆਜ਼ ਅਤੇ ਜੋ ਕਾਜੂ ਨੇ ਇਹ ਫਰਾਈ ਹੋ ਗਏ ਨੇ। ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਅਤੇ ਇਸ ਨੂੰ ਠੰਡਾ ਕਰਕੇ ਇਸਦਾ ਪੇਸਟ ਬਣਾ ਲਵਾਂਗੇ। ਅਤੇ ਇੱਧਰ ਆਪਾਂ ਨੇ ਗੈਸ ਦੇ ਉੱਪਰ ਹਾਂਡੀ ਰੱਖ ਦਿੱਤੀ ਹੈ, ਉਹਦੇ ਵਿੱਚ ਪਾਇਆ ਸਰ੍ਹੋਂ ਦਾ ਤੇਲ, ਇੱਕ ਚਮਚਾ ਪਾਇਆ ਜੀਰਾ, ਕਾਲੀਆਂ ਮਿਰਚਾਂ, ਇਹਨੂੰ ਕੁਝ ਸਕਿੰਟਾਂ ਲਈ ਆਪਾਂ ਭੁੰਨਾਂਗੇ। ਹੁਣ ਇਹਦੇ ਵਿੱਚ ਪਾਇਆ ਅਦਰਕ ਲਸਣ ਦਾ ਪੇਸਟ, ਇਸ ਨੂੰ 2 ਮਿੰਟ ਲਈ ਆਪਾਂ ਭੁੰਨਾਂਗੇ। ਹੁਣ ਇਸ ਵਿੱਚ ਪਾਇਆ ਅਸੀਂ ਟਮਾਟਰ ਦਾ ਪੇਸਟ, ਇਹਨੂੰ 3-4 ਮਿੰਟਾਂ ਲਈ ਆਪਾਂ ਜੋ ਹੈ ਭੁੰਨਾਂਗੇ, ਤਦ ਤੱਕ ਇਹ ਜਿਹੜਾ ਮਸਾਲਾ ਤੇਲ ਨਾ ਛੱਡ ਦੇਵੇ। ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜਾ ਮਸਾਲਾ ਉਹ ਭੁੱਜ ਗਿਆ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਪਿਆਜ਼ ਔਰ ਜੋ ਕਾਜੂ ਦਾ ਪੇਸਟ ਹੈ ਉਹ ਪਾਵਾਂਗੇ। ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ। ਮਿਕਸ ਕਰਕੇ ਤੁਸੀਂ ਦੇਖ ਲਓ ਆਪਾਂ ਇਹਨੂੰ 4-5 ਮਿੰਟ ਜਿਹੜਾ ਭੁੰਨਾਂਗੇ ਚੰਗੀ ਤਰ੍ਹਾਂ। ਤੁਸੀਂ ਦੇਖ ਸਕਦੇ ਹੋ ਇਹਨੂੰ 4-5 ਮਿੰਟ ਹੋ ਗਏ ਨੇ, ਹੁਣ ਤੇਲ ਉੱਪਰ ਆ ਗਿਆ ਇਹਦੇ। ਹੁਣ ਆਪਾਂ ਇਹਦੇ ਵਿੱਚ ਕੁਝ ਸਪਾਈਸ ਮਸਾਲੇ ਪਾਵਾਂਗੇ, ਜਿਹਦੇ ਵਿੱਚ ਲਾਲ ਮਿਰਚ, ਹਲਦੀ, ਸੁੱਕਾ ਧਨੀਆ ਪਿਸਿਆ ਹੋਇਆ, ਨਮਕ, ਦੇਗੀ ਮਿਰਚ ਅਤੇ ਜੀਰਾ ਪਾਊਡਰ ਪਾਇਆ। ਹੁਣ ਆਪਾਂ ਇਹਨੂੰ ਮਿਕਸ ਕਰਾਂਗੇ। ਹੁਣ ਇਹਦੇ ਵਿੱਚ 1/2 ਕੱਪ ਪਾਣੀ ਦਾ ਪਾਵਾਂਗੇ ਅਤੇ ਇਹਨੂੰ 2 ਕੁ ਮਿੰਟਾਂ ਲਈ ਆਪਾਂ ਹੋਰ ਭੁੰਨਾਂਗੇ। ਤੁਸੀਂ ਦੇਖ ਸਕਦੇ ਹੋ ਸਾਡਾ ਜੋ ਮਸਾਲਾ ਹੈ ਬਹੁਤ ਹੀ ਵਧੀਆ ਬਣਿਆ ਹੈ। ਹੁਣ ਇਹਦੇ ਵਿੱਚ 1 ਚਮਚਾ ਜਿਹੜਾ ਹੈ ਬਟਰ ਪਾ ਦਿੱਤਾ ਹੈ, ਇਹ ਘਰ ਦਾ ਬਣਿਆ ਹੋਇਆ ਮੱਖਣ ਹੈ, ਇਹਦੇ ਨਾਲ ਇਹਦਾ ਟੇਸਟ ਹੋਰ ਵੀ ਵੱਧ ਜਾਵੇਗਾ। ਇੱਧਰ ਆਪਾਂ ਨੇ ਕੜਾਹੀ ਲਈ ਹੈ, ਉਹਦੇ ਵਿੱਚ ਸਲਾਈਸ ਦੇ ਵਿੱਚ ਕੱਟ ਕੇ ਪਿਆਜ਼ ਅਤੇ ਸ਼ਿਮਲਾ ਮਿਰਚ ਪਾਈ ਹੈ। ਇਹਨੂੰ 2 ਮਿੰਟ ਲਈ ਹਾਈ ਫਲੇਮ 'ਤੇ ਆਪਾਂ ਰੋਸਟ ਕਰਾਂਗੇ ਅਤੇ ਹੁਣ ਆਪਾਂ ਇਹਨੂੰ ਕੱਢ ਲਵਾਂਗੇ। ਹਾਂਜੀ, ਇੱਧਰ ਅਸੀਂ ਪਨੀਰ ਲਿਆ, ਇਸਨੂੰ ਆਪਾਂ ਨੇ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਲਿਆ ਅਤੇ ਇਹ ਹੁਣ ਆਪਾਂ ਹਾਂਡੀ ਦੇ ਵਿੱਚ ਪਾ ਦੇਵਾਂਗੇ। ਇਹਨੂੰ ਮਿਕਸ ਕਰਾਂਗੇ, 2 ਮਿੰਟ ਲਈ ਪਕਾਵਾਂਗੇ। ਹੁਣ ਆਪਾਂ ਇਹਦੇ ਵਿੱਚ ਜਿਹੜਾ ਪਿਆਜ਼ ਔਰ ਸ਼ਿਮਲਾ ਮਿਰਚ ਉਹ ਵੀ ਪਾ ਦੇਵਾਂਗੇ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਤੁਸੀਂ ਦੇਖ ਸਕਦੇ ਹੋ ਆਪਾਂ ਨੇ ਮਿਕਸ ਕਰ ਲਿਆ ਹੈ। ਤੁਸੀਂ ਦੇਖ ਸਕਦੇ ਹੋ ਸਾਡਾ ਹਾਂਡੀ ਪਨੀਰ ਬਣ ਕੇ ਤਿਆਰ ਹੈ ਅਤੇ ਹੁਣ ਇਹਦੇ ਵਿੱਚ ਅਸੀਂ ਪਾਈ ਹੈ ਅਮੁਲ ਦੀ ਫਰੈਸ਼ ਕਰੀਮ।
ਇੱਕ ਮਿੰਟ ਲਈ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ। ਇਹਦੇ ਵਿੱਚ ਪਾਈਏ ਕਸੂਰੀ ਮੇਥੀ ਅਤੇ ਅੱਧਾ ਟੀਸਪੂਨ ਪਾਇਆ ਇਹਦੇ ਵਿੱਚ ਆਪਾਂ ਨੇ ਕਿਚਨ ਕਿੰਗ ਮਸਾਲੇ ਦਾ। ਹੁਣ ਆਪਾਂ ਇਹਨੂੰ ਢੱਕ ਦੇਵਾਂਗੇ ਇੱਕ ਮਿੰਟ ਲਈ। ਤੁਸੀਂ ਦੇਖ ਸਕਦੇ ਹੋ ਜੋ ਸਾਡਾ ਹਾਂਡੀ ਪਨੀਰ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਅਤੇ ਬਹੁਤ ਹੀ ਟੇਸਟੀ ਬਣਿਆ। ਇਹਦੀ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ। ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ ਅਤੇ ਸ਼ੇਅਰ ਕਰੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ।